अस्सलाम वालेकुम जी। आज जड़े ना करने पे सेंटरी दा काम, एक दोस्त ने कमेंट किया ही जी सेंटरी दा काम कर दें, वीडियो लाजमी बनानी है। तो आपने ना वीडियो उस दोस्त वास्ते ही है जिन्हें कमेंट किया है। अज शुरू कर लिए, झरिया झरिया मार लिया ने झरिया दी, इस वजह तो वीडियो नहीं बनाई, तो कट्टा छट्टा उड़दा तुहानू पता ही है। फिटिंग कर दें तुहानू अज दिखाने आ सारी, ये जोड़ लग रहा है। ये जी ठंडा तो गर्म जिहड़ा पानी है ना जी, ये उहदी वायरिंग होंगे, सिंगल वायरिंग नहीं है, डबल वायरिंग है। कितने जी जो पिंडां च ज्यादा जिहड़ा ना ठंडा ही काम चलता है, डबल कोई कोई करांदा है पिंडां विच, ये जी डबल कर रहे हैं। अगे भी तुहानू एक वीडियो दिखाया सी वायरिंग करदे आ, वो सिंगल सी, ते आ जी डबल करन दे आ जी वायरिंग। ये झे ना सारी शेयर करने हैं तुम, पूरी मुकम्मल करके जरा ना सारी दिखाने अज कितने कितने केड़ा केड़ा कनैक्शन है, वह भी तुम दसने अज। और जी गीजर का जी बहरली साइड तो गीजर आना, ये गीजर न पॉइंट दते ने जी, जोड़ लगता पाया जी बहर जी बेसन का, बेसन वास्ते ना जरा जी बहर पानी शानी ज ਉਹਦੇ ਵਾਸਤੇ ਜੀ ਕਨੈਕਸ਼ਨ ਹੋ ਰਿਹਾ। ਲਓ ਜੀ ਜੋੜ ਹੋ ਗਿਆ ਮੁਕੰਮਲ, ਇਹ ਆ ਗਿਆ ਜੀ ਪੈਪ। ਇੱਥੇ ਜੀ ਬੇਸਨ ਦੇ ਵਾਸਤੇ ਹੋ ਗਿਆ ਸਿਸਟਮ ਜੀ, ਬਾਹਰਲੀ ਸਾਈਡ 'ਤੇ ਵਾਸ਼ਰੂਮ ਦੇ। ਇਹ ਜੀ ਆ ਗਿਆ ਜੀ ਸਾਡਾ ਸ਼ਾਵਰ, ਇਹ ਮਿਕਸਰ ਹੈ ਜੀ। ਕੋਈ ਨਹੀਂ ਗੁਜ਼ਾਰਾ ਹੋ ਜਾਣਾ ਉੱਥੇ, ਉਹ ਲੱਗਣਾ ਦੂਸਰਾ ਜੀ ਟੈਂਕੀ ਦਾ ਪੁਆਇੰਟ ਹੈ ਉਹ। ਜੀ ਆਪ ਵੀ ਖੁਦ ਹੀ ਕਰੀਦਾ ਜੀ ਕੰਮ ਸਾਰਾ, ਸੈਂਟਰੀ ਸੇਵਰੇਜ ਟਾਇਲ ਪੱਥਰ ਪਲਸਤਰ ਚਨਾਈ ਸਾਰਾ ਜੀ ਆਪ ਹੀ ਕਰੀਦਾ ਕੰਮ, ਜਿਹੜਾ ਤੁਹਾਨੂੰ ਦੱਸਿਆ ਸੀ ਵਾਰ ਵਾਰ ਵੀਡੀਓ 'ਚ ਇਹੀ ਦੱਸਦੇ ਹਾਂ ਜੀ। ਇਹ ਜੀ ਬਸ ਉਹ ਚੱਲੀ ਹੈ ਵਾਇਰਿੰਗ ਸਾਡੀ ਜਿਹੜੀ ਹੈ ਨਾ ਵਾਸ਼ਰੂਮ ਦੇ ਅੰਦਰ ਮੁਕੰਮਲ, ਉਹਨੂੰ ਬਾਹਰ ਕੱਢਣਾ ਥੋੜ੍ਹੀ ਜਿਹੀ। ਚੱਲ ਬਾਕੀ ਆ ਜੋੜ ਜਿਹੜਾ ਐਂਡ ਵਾਲਾ ਜੋੜ ਜੀ, ਬਾਕੀ ਅੰਦਰੋਂ ਜਿਹੜਾ ਮੁਕੰਮਲ ਹੋ ਗਈ। ਲਓ ਜੀ ਹੁੱਕਾ ਸ਼ੁੱਕਾ ਹੁੱਕਾ ਰਹਿ ਗਈਆਂ ਲਾਉਣ ਵਾਲੀਆਂ, ਉਹ ਲੈ ਆਉਂਦੇ ਹਾਂ ਫਿਰ ਜਾ ਕੇ। ਲੈਵਲ ਦੇਖ ਲਿਓ ਆਪਣੇ, ਚਲ ਹੁੱਕਾ ਲੈ ਆਉਂਦੇ ਯਾਸਰ, ਫਿਰ ਉਹ ਲੱਗ ਜਾਂਦੀਆਂ ਸਮਾਨ ਲਿਆਉਣਾ ਪੈਣਾ ਥੋੜ੍ਹਾ ਜਿਹਾ, ਥੋੜ੍ਹਾ ਗਿਆ ਜਿਹੜਾ ਘੱਟ ਗਿਆ ਜਿਹੜਾ। ਚਲ ਲਓ ਜੀ ਆਹ ਸ਼ਾਵਰ ਆ ਗਿਆ ਜੀ, ਇਹ ਪੁਆਇੰਟ ਜਿਹੜਾ ਨਾ ਜੀ ਮੁਸਲਿਮ ਸ਼ਾਵਰ ਹੈਂਡ ਸ਼ਾਵਰ ਦਾ ਜੀ ਕਮੋਡ ਦਾ, ਅਤੇ ਇਹ ਜਿਹੜਾ ਪੁਆਇੰਟ ਜਿਹੜਾ ਜੀ ਇਹ ਕਮੋਡ ਦੀ ਟੈਂਕੀ ਦਾ, ਇਸ ਤੋਂ ਬਾਅਦ ਜੀ ਇਹ ਜਿਹੜਾ ਸੀਟ ਦਾ ਆ ਗਿਆ ਜੀ। ਲਓ ਜੀ ਇਹ ਆਪਣੀ ਨਾ ਵਾਇਰਿੰਗ ਮੁਕੰਮਲ ਹੋ ਗਈ, ਸਾਹਮਣੇ ਗੀਜ਼ਰ ਬਾਹਰਲੀ ਸਾਈਡ 'ਤੇ ਆ ਜਾਣਾ ਜੀ, ਅੰਦਰ ਮੁਕੰਮਲ ਹੋ ਗਿਆ ਜੀ। ਇਹ ਜੀ ਆ ਗਿਆ ਬੇਸਨ, ਅਤੇ ਇਹ ਆਪਣਾ ਆ ਗਿਆ ਜਿਹੜਾ ਗੀਜ਼ਰ, ਉਹ ਪਾਈਪ ਮੇਨ ਹੈ ਜੀ, ਉਹ ਟੈਂਕੀ ਨੂੰ ਜਗ ਲੱਗ ਜਾਣਾ ਜੀ, ਇਹ ਓਪਨ ਹੀ ਜਾਣਾ ਜੀ, ਉਹ ਟੈਂਕੀ ਹੈ ਜੀ, ਇਹ ਟੈਂਕੀ ਹੈ ਜੀ, ਅਤੇ ਇਹ ਕਿਚਨ ਜੀ ਵੀ ਪੁਆਇੰਟ ਦੇਣਾ ਜੀ, ਇਹ ਕਿਚਨ ਅਜੇ ਇਸਤੇਮਾਲ ਨਹੀਂ ਸੀ ਹੋ ਰਿਹਾ, ਉਹ ਜੀ ਇਸਤੇਮਾਲ ਹੁਣ ਕਰਨਗੇ, ਪਾਣੀ ਸ਼ਾਨੀ ਆ ਗਿਆ ਅਤੇ ਜਾਣਾ ਪੈਣਾ ਹੈ।